ਹਾਂਜੀ ਸਰ, ਜਿਹੜਾ ਤੁਸੀਂ ਅੱਜ ਵੈਕਸੀਨ ਕੈਂਪ ਤੇ ਆਏ ਸੀਗੇ, ਕੀ ਲੋਕਾਂ ਨੂੰ ਮੈਸੇਜ ਦੇਣਾ ਚਾਹੋਗੇ? ਪਹਿਲਾਂ ਤਾਂ ਮੈਂ ਕਿਡ ਜੀ ਸਕੂਲ ਵਾਲਿਆਂ ਨੂੰ ਵਧਾਈ ਦੇਣੀ ਚਾਹੁੰਦਾ ਕਿ ਵਧਾਈ ਦੇ ਪਾਤਰ ਆ ਕਿ ਇਹਨਾਂ ਨੇ ਵੇਖੋ ਜਿਹੜੀ ਕਿ ਪਿੱਛੇ ਬਹੁਤ ਜ਼ਿਆਦਾ ਵੱਡੀ ਮਹਾਂਮਾਰੀ ਰਹੀ ਆ ਕਰੋਨਾ ਵਾਇਰਸ, ਸਾਰੇ ਵਰਲਡ ਨੂੰ ਹਿਲਾ ਕੇ ਰੱਖਤਾ, ਉਹਦੇ ਵਿੱਚ ਇਹਨਾਂ ਨੇ ਯੋਗਦਾਨ ਪਾਇਆ ਅਤੇ ਇਹਨਾਂ ਦਾ ਜਿਹੜਾ ਅੱਜ ਹੈਗਾ ਵੈਕਸੀਨ ਦਾ ਕੈਂਪ ਲਗਾਇਆ ਹੋਇਆ। ਮੈਂ ਬੱਚਿਆਂ ਨੂੰ ਔਰ ਆਮ ਨਾਗਰਿਕ ਨੂੰ ਵੀ ਇਹ ਬੇਨਤੀ ਕਰੂੰਗਾ ਕਿ ਇਸ ਚੀਜ਼ ਦਾ ਜਿਹੜਾ ਹੈਗਾ ਬੇਇਲਾਜ ਹੈ, ਇਹਦਾ ਕੋਈ ਇਲਾਜ ਨਹੀਂ ਹੈ, ਕਿਉਂਕਿ ਆਪਾਂ ਨੂੰ ਯੰਗ ਏਜ ਦੇ ਵਿੱਚ ਇਹਦਾ ਜ਼ਿਆਦਾ ਨਹੀਂ ਪਤਾ ਲੱਗਦਾ, ਪਰ ਥੋੜ੍ਹਾ ਜਿਹਾ ਓਲਡ ਏਜ ਜਾਂ ਬੱਚੇ ਜਿਹੜੇ ਨੇ ਉਹਨਾਂ ਉੱਤੇ ਇੰਨਾ ਜ਼ਿਆਦਾ ਅਸਰ ਪੈਂਦਾ ਕਿ ਆਪਾਂ ਸਮਝ ਹੀ ਨਹੀਂ ਪਾਉਂਦੇ ਅਤੇ ਬਹੁਤ ਵੱਡਾ ਨੁਕਸਾਨ ਹੋ ਜਾਂਦਾ। ਮੈਂ ਕਹੂੰਗਾ ਕਿ ਸਭ ਤੋਂ ਵੱਧ ਆਪਾਂ ਨੂੰ ਇਹਦੇ ਜਿਹੜੇ ਪ੍ਰੀਕੋਸ਼ਨ ਨੇ ਉਹਨਾਂ ਦਾ ਧਿਆਨ ਰੱਖਣਾ ਚਾਹੀਦਾ, ਪ੍ਰੀਕੋਸ਼ਨ ਲੈਣੇ ਚਾਹੀਦੇ ਆ, ਜਿਸ ਤਰ੍ਹਾਂ ਕਿ ਆਪਣਾ ਮੂੰਹ ਢੱਕ ਕੇ ਰੱਖਣਾ ਚਾਹੀਦਾ, ਮਾਸਕ ਲਗਾ ਕੇ ਰੱਖਣਾ ਚਾਹੀਦਾ, ਜਿਹੜੇ ਹੈਂਡ ਵਾਸ਼ ਕਰਕੇ ਰੱਖਣੇ ਚਾਹੀਦੇ ਆ ਵੱਧ ਤੋਂ ਵੱਧ, ਅਤੇ ਆਮ ਜਦੋਂ ਆਪਾਂ ਬੈਠਦੇ ਹਾਂ ਖਾਸ ਕਰਕੇ ਉਦੋਂ ਇਹ ਚੀਜ਼ ਦਾ ਧਿਆਨ ਰੱਖਣਾ, ਆਪਾਂ ਇੱਕ ਬਹੁਤ ਜ਼ਿਆਦਾ ਵੱਡਾ ਝੁੰਡ ਬਣਾ ਕੇ ਬੈਠ ਜਾਂਦੇ ਹਾਂ, ਉਹਦੇ ਵਿੱਚ ਜੇ ਤਾਂ ਤੰਦਰੁਸਤ ਨੇ ਫਿਰ ਤਾਂ ਕੋਈ ਜ਼ਿਆਦਾ ਨਹੀਂ ਫਰਕ ਪੈਂਦਾ, ਪਰ ਉਹਦੇ ਵਿੱਚ ਇੱਕ ਵੀ ਬੰਦਾ ਜਿਹੜਾ ਇਫੈਕਟ ਹੋਇਆ ਅਤੇ ਉਹਦੇ ਨਾਲ ਬਹੁਤ ਜ਼ਿਆਦਾ ਫਰਕ ਪੈ ਜਾਂਦਾ। ਇਸ ਚੀਜ਼ ਦਾ ਜ਼ਿਆਦਾ ਧਿਆਨ ਰੱਖ ਕੇ ਮੇਰੀ ਅਪੀਲ ਹੈ ਕਿ ਇਹਦਾ ਇਹ ਨਾ ਸੋਚਣ ਕਿ ਜਿਹੜੀ ਹੈਗੀ ਆ ਕਰੋਨਾ ਵਾ ਇਹ ਖਤਮ ਹੋ ਚੁੱਕਾ, ਇਹ ਖਤਮ ਨਹੀਂ ਹੋਇਆ, ਇਹਦੀਆਂ ਲਹਿਰਾਂ ਹੁੰਦੀਆਂ ਨੇ ਤਰੰਗਾਂ, ਜਿਸ ਤਰ੍ਹਾਂ ਕਿਤੇ ਪਾਣੀ ਦੇ ਉੱਤੇ ਵੀ ਆਪਾਂ ਦੇਖਦੇ ਹਾਂ ਹਵਾ ਦਾ ਪ੍ਰਭਾਵ ਪਵੇ ਤਾਂ ਉਹਦੇ ਵਿੱਚ ਤਰੰਗਾਂ ਉੱਠਦੀਆਂ ਨੇ, ਲਹਿਰਾਂ ਉੱਠਦੀਆਂ ਨੇ, ਉਹ ਇੱਕ ਖਤਮ ਹੁੰਦੀ ਆ ਅਤੇ ਦੂਜੀ ਪਿੱਛੇ ਆ ਰਹੀ ਹੁੰਦੀ, ਇਸ ਕਰਕੇ ਪਹਿਲੀਆਂ ਲਹਿਰਾਂ ਖਤਮ ਹੋਈਆਂ ਨੇ। ਜਿਹੜੀ ਹੋਰ ਲਹਿਰ ਆ ਉਹ ਸਾਇੰਸਦਾਨਾਂ ਵੱਲੋਂ ਜਾਂ ਹੋਰਨਾਂ ਵੱਲੋਂ ਵੀ ਇਹ ਜਿਹੜੇ ਹੈਗੇ ਨੇ ਬੁੱਧੀਜੀਵੀ ਨੇ ਉਹਨਾਂ ਵੱਲੋਂ ਵੀ ਇਹ ਕਿਹਾ ਗਿਆ ਕਿ ਇਹਦੀ ਲਹਿਰ ਜਿਹੜੀ ਇੱਕ ਹੋਰ ਆਉਣੀ ਆ ਜਿਹੜੀ ਕਿ ਬੱਚਿਆਂ ਨੂੰ ਪ੍ਰਭਾਵਿਤ ਕਰੇਗੀ। ਇਸ ਕਰਕੇ ਮੇਰੇ ਲਈ ਅਪੀਲ ਆ ਕਿ ਇਹ ਆਪਣੇ ਬੱਚਿਆਂ ਦਾ ਵੱਧ ਤੋਂ ਵੱਧ ਖਿਆਲ ਰੱਖਣ, ਉਹਨਾਂ ਨੂੰ ਵੱਧ ਤੋਂ ਵੱਧ ਇਹਨਾਂ ਬਾਰੇ ਜਾਗਰੂਕ ਕਰਨ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਅੱਜ ਬਹੁਤ ਖੁਸ਼ੀ ਹੈ, ਅੱਜ ਫਿਰ ਤੋਂ ਕਿਡਜ਼ੀ ਪਾਮਿੰਗ ਕਲੇਵ ਦੇ ਵਿੱਚ ਅਸੀਂ ਕੋਵਾਸ਼ੀਲਡ ਵੈਕਸੀਨੇਸ਼ਨ ਦਾ ਕੈਂਪ ਲਗਾਇਆ, ਜਿਸ ਦੇ ਵਿੱਚ ਬਹੁਤ ਹੀ ਜ਼ਿਆਦਾ ਲੋਕਾਂ ਨੇ ਆਪਣੀ ਬੁਕਿੰਗ ਦਿੱਤੀਆਂ ਨੇ ਔਰ ਹਾਲੇ ਵੀ ਸਟਿਲ ਚੱਲ ਰਿਹਾ। 50 ਤੋਂ 60 ਦੀ ਸਾਨੂੰ ਮੈਡੀਸਨ ਪ੍ਰੋਵਾਈਡ ਕੀਤੀ ਗਈ ਸੀ, ਬਟ ਇੱਥੇ ਜਿਹੜਾ ਕਰਾਊਡ ਹੈ ਬਹੁਤ ਜ਼ਿਆਦਾ ਹੈਗਾ। ਮੈਂ ਦਿਲੋਂ ਧੰਨਵਾਦ ਕਰਦੀ ਹਾਂ SHO ਸਾਹਿਬ ਸਾਹਨੇਵਾਲ ਦਾ ਔਰ ਮਿਸ ਦਿਲਜੋਤ ਕੌਰ ਦਾ, ਜੋ ਕਿ ਆਏ ਨੇ ANM ਨੇ ਇਸ ਸਾਡੇ ਏਰੀਆ ਦੇ, ਪਲੱਸ ਮਿਸਟਰ ਰਮਿੰਦਰ ਸਿੰਘ ਜਿਹੜੇ ਕਿ ਇਸ ਏਰੀਆ ਦੇ ਹਲਕਾ ਇੰਚਾਰਜ ਨੇ, ਜਿਨ੍ਹਾਂ ਦੇ ਵੱਲੋਂ ਇਹ ਕੈਂਪ ਦੀ ਲਗਾਇਆ ਗਿਆ ਔਰ ਅਸੀਂ ਅੱਜ ਇਸ ਚੀਜ਼ ਨੂੰ ਉਪਰਾਲੇ ਦੇ ਸ਼ਿੱਦਤ ਦੇ ਵਿੱਚ ਅਸੀਂ ਬਹੁਤ ਵਧੀਆ ਅੱਗੇ ਰਹੇ ਹਾਂ ਔਰ ਸਾਨੂੰ ਬਹੁਤ ਅੱਛਾ ਲੱਗ ਰਿਹਾ। ਆਲੇ ਦੁਆਲੇ ਸਾਡੀ ਸੁਸਾਇਟੀ ਇੰਨੀ ਪ੍ਰੇਸ ਕਰ ਰਹੀ ਹੈ ਕਿ ਕੋਈ ਵੀ ਜਾਣਾ ਇਸ ਚੀਜ਼ ਨੂੰ ਅੱਗੇ ਵੱਧ ਕੇ, ਕੋਈ ਵੀ ਬਹੁਤ ਸਾਰੀ ਜਨਸੰਖਿਆ ਇਹੋ ਜਿਹੀ ਹੈ ਜੋ ਕਿ ਇੰਜੈਕਸ਼ਨ ਲਗਵਾਉਣਾ ਹੀ ਨਹੀਂ ਚਾਹੁੰਦੀ, ਬਟ ਇਸ ਟਾਈਮ ਇੱਥੇ ਕਿ ਅਸੀਂ ਇਹਨਾਂ ਨੂੰ ਪਲੇਸ ਦਿੱਤਾ, ਸਿਰਫ ਇੱਕ ਸਕੂਲ ਦਾ ਪ੍ਰੈਮਿਸਿਸ ਹੋਣ ਕਰਕੇ ਨਹੀਂ, ਜਸਟ ਇੱਕ ਸੁਸਾਇਟੀ ਨੂੰ ਵਧੀਆ ਰੱਖਣ ਲਈ ਅਸੀਂ ਜੋ ਪਲਾਨ ਕੀਤਾ ਸੀਗਾ ਉਹ ਅੱਜ ਸਦਕਾ ਵਾਹਿਗੁਰੂ ਦਾ ਸਦਕਾ ਵਧੀਆ ਹੋ ਰਿਹਾ ਹੈ। ਧੰਨਵਾਦ।